ਜੋ ਕੱਲ੍ਹ ਸਵੇਰੇ ਪਿਸ਼ਾਵਰ ਪਾਕਿਸਤਾਨ 'ਚ ਹੋਇਆ ਉਹ ਬਹੁਤ ਦਰਦਨਾਕ ਵਾਕਿਆ ਵਾ, ਦਿਲ ਦਿਲਾਉਣ ਵਾਲਾ ਵਾਕਿਆ ਵਾ। ਉੱਥੇ ਕਰੀਬ 6 ਤੋਂ 8 ਅੱਤਵਾਦੀ ਖਾੜਕੂ ਜਿਹੜੇ ਆ ਉਹ ਇੱਕ ਸਕੂਲ, ਆਰਮੀ ਸਕੂਲ ਦੇ ਵਿੱਚ ਵੜ ਗਏ। ਉੱਥੇ ਉਹਨਾਂ ਨੇ ਅਨੇਵਾਹ ਗੋਲੀਆਂ ਚਲਾਈਆਂ, 130 ਦੇ ਕਰੀਬ ਲੋਕ ਜਿਹੜੇ ਉਹ ਮਾਰੇ ਗਏ, ਉਹਨਾਂ ਦੇ ਵਿੱਚ ਬਹੁਤ ਜ਼ਿਆਦਾ ਬੱਚੇ ਆ, ਕੁਝ ਟੀਚਰ ਵੀ ਆ। ਇਹਦੀ ਜ਼ਿੰਮੇਵਾਰੀ ਇੱਕ ਮਿਲੀਟੈਂਟ ਟੈਰਰਿਸਟ ਔਰਗਨਾਈਜੇਸ਼ਨ ਨੇ ਲਈ ਆ। ਉਹਨਾਂ ਕਿਹਾ ਵਾ ਕਿ ਜਦੋਂ ਉਹਨਾਂ ਦੇ ਉੱਤੇ ਹਵਾਈ ਹਮਲੇ ਜਾਂ ਉਹਨਾਂ 'ਤੇ ਹਮਲੇ ਹੁੰਦੇ ਆ, ਉਹਨਾਂ ਦੇ ਪਰਿਵਾਰ, ਉਹਨਾਂ ਦੇ ਬੱਚੇ ਮਰਦੇ ਆ, ਤਾਂ ਉਹਨਾਂ ਨੂੰ ਵੀ ਬਹੁਤ ਦੁੱਖ ਲੱਗਦਾ। ਉਹਨਾਂ ਨੇ ਇਸ ਕਰਕੇ ਕੀਤਾ ਵੀ ਜਿਹੜੇ ਲੋਕ ਉਹ ਕਰਦੇ ਆ ਉਹਨਾਂ ਨੂੰ ਵੀ ਪਤਾ ਲੱਗੇ ਵੀ ਕਿੰਨਾ ਦੁੱਖ ਲੱਗਦਾ ਜਦੋਂ ਤੁਹਾਡੇ ਪਰਿਵਾਰ ਜਿਹੜੇ ਆ ਉਹਨਾਂ ਦੇ ਜੀ ਜਿਹੜੇ ਉਹ ਮਰਦੇ ਆ। ਮੇਰੇ ਖਿਆਲ ਇਹਦੇ ਨਾਲ ਸਾਰੀ ਦੁਨੀਆ ਦੇ ਵਿੱਚ ਇੱਕ ਵਾਰੀ ਸੰਸਨੀ ਜੀ ਫੈਲ ਗਈ ਆ, ਸਾਰੀ ਦੁਨੀਆ 'ਚ ਸ਼ੋਕ ਦੀ ਲਹਿਰ ਜਿਹੜੀ ਆ ਉਹ ਫੈਲੀ ਆ। ਸਾਰੇ ਲੀਡਰ ਜਿਹੜੇ ਆ, ਬਰਾਕ ਓਬਾਮਾ ਤੋਂ ਲੈ ਕੇ ਨਰਿੰਦਰ ਮੋਦੀ, ਇਹਨਾਂ ਸਾਰਿਆਂ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੂੰ ਜਿਹੜਾ ਵਾ ਸ਼ੋਕ ਦੇ ਸਿਨੇ ਭੇਜੇ ਆ। ਸਾਨੂੰ ਲੱਗਦਾ ਵੀ ਇਹ ਜਿਹੜਾ ਵਾ ਇਹੋ ਜਿਹੇ ਵਾਕਿਆ ਜਿਹੜੇ ਆ ਬਿਲਕੁਲ ਨਹੀਂ ਹੋਣੇ ਚਾਹੀਦੇ, ਔਰ ਜਿਹੜੇ ਲੋਕ ਵਾਕਿਆ ਕਰਦੇ ਆ ਉਹਨਾਂ ਨਾਲ ਸਖਤੀ ਤੋਂ ਸਖਤੀ ਨਾਲ ਨਿਪਟਣਾ ਚਾਹੀਦਾ ਵਾ। ਪਰ ਇੱਕ ਗੱਲ ਜ਼ਰੂਰ ਆ ਵੀ ਜੋ ਉਹਨਾਂ ਜਿਹੜੇ ਟੈਰਰਿਸਟ ਆ ਉਹਨਾਂ ਨੇ ਜੋ ਕਿਹਾ ਵਾ ਉਹਦੇ 'ਤੇ ਗੌਰ ਕਰਨ ਦੀ ਲੋੜ ਆ। ਮੈਂ ਇਹਦੇ 'ਤੇ ਇਹ ਨਹੀਂ ਆਉਂਦਾ ਵੀ ਜੋ ਉਹਨਾਂ ਨੇ ਕਿਹਾ ਉਹਨੂੰ ਤਾਂ ਕੋਈ ਇਨਸਾਨ ਜਿਹੜਾ ਵਾ ਇਨਸਾਨੀਅਤ ਦੇ ਨਾਤੇ ਉਹਨੂੰ ਤਾਂ ਠੀਕ ਕਹਿ ਹੀ ਨਹੀਂ ਸਕਦਾ। ਉਹ ਤਾਂ ਜਿੰਨਾ ਵੀ ਆਪਾਂ ਕਹੀਏ ਵੀ ਗਲਤ ਆ ਉਨਾ ਹੀ ਸਹੀ ਹੋਊਗਾ। ਪਰ ਜਦੋਂ ਅਸੀਂ ਹਵਾਈ ਹਮਲੇ ਕਰਦੇ ਹਾਂ, ਕੱਲ੍ਹ ਵੀ ਇਸ ਵਾਕਿਆ ਤੋਂ ਬਾਅਦ, ਇਸ ਇੰਸੀਡੈਂਟ ਤੋਂ ਬਾਅਦ ਪਾਕਿਸਤਾਨ ਆਰਮੀ ਨੇ ਖਾਈਬਰ ਇਲਾਕੇ ਦੇ ਵਿੱਚ ਜਾ ਕੇ ਹਮਲੇ ਕੀਤੇ ਆ। ਇਹ ਜਦੋਂ ਹਮਲੇ ਹੁੰਦੇ ਆ ਖਾਸ ਖਿਆਲ ਰੱਖਣਾ ਚਾਹੀਦਾ ਵਾ ਵੀ ਉੱਥੇ ਇਨੋਸੈਂਟ ਜਿਹੜੇ ਆ ਪਰਿਵਾਰ, ਬੱਚੇ, ਔਰਤਾਂ ਉਹ ਨਾ ਮਾਰੇ ਜਾਣ, ਕਿਉਂਕਿ ਆਫਟਰਆਲ ਬੱਚੇ ਔਰਤਾਂ ਜਿਹੜੀਆਂ ਵਾ ਉਹ ਇਨੋਸੈਂਟ ਹੁੰਦੀਆਂ, ਉਹਨਾਂ ਦੇ ਹੱਥ 'ਚ ਕੁਝ ਨਹੀਂ। ਉਹਨਾਂ ਨੂੰ, ਬੱਚਿਆਂ ਨੂੰ ਖਾਸ ਕਰਕੇ ਬਿਲਕੁਲ ਪਤਾ ਨਹੀਂ ਹੁੰਦਾ ਵੀ ਕੀ ਹੋ ਰਿਹਾ, ਜੇ ਠੀਕ ਹੋ ਰਿਹਾ ਕਿ ਗਲਤ ਹੋ ਰਿਹਾ। ਬੱਚੇ ਸਾਰਿਆਂ ਦੇ ਜਿਹੜੇ ਆ ਉਹ ਸਾਂਝੇ ਹੁੰਦੇ ਆ, ਭਾਵੇਂ ਉਹ ਆਰਮੀ ਵਾਲਿਆਂ ਦੇ ਹੋਣ ਜਾਂ ਉਹ ਮਿਲੀਟੈਂਟ ਦੇ ਹੋਣ ਜਾਂ ਤੁਹਾਡੇ ਮੇਰੇ ਹੋਣ। ਸੋ ਇਸ ਕਰਕੇ ਬੱਚਿਆਂ ਨੂੰ ਬਿਲਕੁਲ ਸਪੇਅਰ ਕਰਨਾ ਚਾਹੀਦਾ ਵਾ, ਇਹੋ ਜਿਹੇ ਵਾਕਿਆ ਤਦ ਹੀ ਰੁਕ ਸਕਦੇ ਆ।